ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ ਤਾਂ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਇਹ ਵੱਡਾ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਸਤੰਬਰ ਅਤੇ ਅਕਤੂਬਰ ਦੇ ਵਿੱਚ ਜਾ ਕੇ ਜਦੋਂ ਝੋਨਾ ਵੱਢਣਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਨੂੰ ਦੇਖਦੇ ਹੋਏ ਹੀ ਦਿੱਲੀ ਦੇ ਵੱਲੋਂ ਅਕਸਰ ਪੰਜਾਬ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਜਲਾਈ ਜਾਂਦੀ ਹੈ ਉਸਦਾ ਧੂੰਆਂ ਦਿੱਲੀ ਪਹੁੰਚਦਾ ਅਤੇ ਉੱਥੇ ਪ੍ਰਦੂਸ਼ਣ ਨੂੰ ਕਾਫੀ ਵਧਾ ਦਿੰਦਾ ਹੈ। ਪਰ ਠੀਕ ਹੁਣ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਵੱਡਾ ਬਿਆਨ ਸਾਹਮਣੇ ਆਇਆ। ਐਨਜੀਟੀ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਦੇ ਵੱਲੋਂ ਇਸ ਬਿਆਨ ਨੂੰ ਦਿੱਤਾ ਗਿਆ ਤਾਂ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਦੀ ਪਰਾਲੀ ਜ਼ਿੰਮੇਵਾਰ ਨਹੀਂ ਹੋਵੇਗੀ। ਪੰਜਾਬ ਨੂੰ ਜ਼ਿੰਮੇਵਾਰ ਦੱਸਣਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਤਾਂ ਇਹ ਟਿੱਪਣੀਆਂ ਜੋ ਨੇ ਐਨਜੀਟੀ ਦੇ ਵੱਲੋਂ ਕੀਤੀਆਂ ਗਈਆਂ ਨੇ। ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਅਸਲ ਕਾਰਨ ਕੁਝ ਹੋਰ ਹੈ ਤਾਂ ਇਹ ਗੱਲਾਂ ਜੋ ਨੇ ਉਹ ਮੈਂਬਰ ਨੇ ਜੋ ਜਸਟਿਸ ਸੁਧੀਰ ਅਗਰਵਾਲ ਉਹਨਾਂ ਦੇ ਵੱਲੋਂ ਇਹ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹਰ ਗੱਲ ਲਈ ਕਿਸਾਨ ਭਰਾਵਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸਮਝ ਤੋਂ ਬਾਹਰ ਹੈ। ਕਿਸਾਨਾਂ 'ਤੇ ਕੇਸ ਦਰਜ ਕਰਨਾ ਅਤੇ ਜੁਰਮਾਨੇ ਲਾਉਣਾ ਬੇਇਨਸਾਫੀ ਹੋਵੇਗੀ। ਦਿੱਲੀ ਦੀ ਹਵਾ ਵਿੱਚ ਤੇਲ ਦੇ ਅੰਸ਼ ਨੇ ਜੋ ਫਸਲਾਂ ਦੀ ਰਹਿਤ ਖੂੰਹਦ 'ਚ ਨਹੀਂ ਹੋ ਸਕਦੇ। ਦਿੱਲੀ 'ਚ ਹਵਾ ਪ੍ਰਦੂਸ਼ਣ ਰੋਕਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਦੱਸ ਦਈਏ ਕਿ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਲਈ ਪੰਜਾਬ 'ਚ ਸਾੜੀ ਜਾਣ ਵਾਲੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਅਜਿਹੇ ਦੇ ਵਿੱਚ ਐਨਜੀਟੀ ਦਾ ਇਹ ਬਿਆਨ ਕਾਫੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਜਦੋਂ ਵੀ ਪੰਜਾਬ 'ਚ ਪਰਾਲੀ ਜਲਦੀ ਹੈ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਜਲਾਇਆ ਜਾਂਦਾ ਹੈ ਤਾਂ ਹਰਿਆਣਾ ਨੂੰ ਛੱਡ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਝੋਨਾ ਵੱਢਣ ਤੋਂ ਬਾਅਦ ਜੋ ਪਰਾਲੀ ਰਹਿ ਜਾਂਦੀ ਹੈ ਉਸਨੂੰ ਅੱਗ ਲਗਾ ਦਿੰਦੇ ਨੇ ਅਤੇ ਉਸਦਾ ਧੂੰਆਂ ਹੀ ਦਿੱਲੀ ਦੇ ਵਿੱਚ ਪਹੁੰਚਦਾ ਹੈ ਜਿਸ ਦੇ ਕਾਰਨ ਦਿੱਲੀ ਦੇ ਵਿੱਚ ਕਈ ਕਈ ਦਿਨ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਧੁੰਦ ਛਾਈ ਰਹਿੰਦੀ ਹੈ ਜਿਸ ਦੇ ਕਾਰਨ ਹੀ ਕਿਹਾ ਜਾਂਦਾ ਹੈ ਕਿ ਅਕਸਰ ਪੰਜਾਬ ਦੇ ਜਦੋਂ ਕਿਸਾਨ ਪਰਾਲੀ ਜਲਾਉਂਦੇ ਨੇ ਤਾਂ ਇਹ ਧੂੰਆਂ ਉੱਥੇ ਜਾ ਕੇ ਜਮ੍ਹਾਂ ਹੁੰਦਾ ਹੈ। ਪਰ ਹੁਣ ਠੀਕ ਇਹ ਬਿਆਨ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਕਿਉਂਕਿ ਐਨਜੀਟੀ ਦੇ ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਐਨਜੀਟੀ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ। ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣਾ ਕੋਈ ਵੀ ਵਿਗਿਆਨਕ ਆਧਾਰ ਨਹੀਂ ਹੋਵੇਗਾ ਤਾਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਅਸਲ ਕਾਰਨ ਕੁਝ ਹੋਰ ਹੀ ਹੈ। ਦਿੱਲੀ ਕੇ ਪ੍ਰਦੂਸ਼ਣ ਕੇ ਬਾਰੇ ਮੈਂ ਵੀ ਮੈਨੇ ਸੁਣਾ ਦੇਖਾ ਔਰ ਮੁਝੇ ਬਤਾਇਆ ਗਿਆ ਕਿ ਇਹ ਪਰਾਲੀ ਜਲਾਨੇ ਸੇ ਬੜੀ ਭਾਰੀ ਪ੍ਰਦੂਸ਼ਣ ਫੈਲਤੀ ਹੈ। ਇਸਸੇ ਪਹਿਲੇ ਮੈਂ ਪਰਾਲੀ ਕੇ ਬਾਰੇ ਮੈਂ ਜ਼ਿਆਦਾ ਜਾਣਤਾ ਨਹੀਂ ਥਾ। ਮੈਨੇ ਇਸਕੇ ਬਾਰੇ ਮੈਂ ਯਹੀਂ ਸੁਣਾ, ਇਸਕਾ ਗਿਆਨ ਮੁਝੇ ਯਹੀਂ ਮਿਲਾ ਔਰ ਫਿਰ ਮੈਨੇ ਜੋ ਥੋੜ੍ਹੀ ਬਹੁਤ ਸਟੱਡੀ ਕੀ ਯਹੀਂ ਕੀ। ਹੋ ਸਕਤਾ ਹੈ ਕੁਛ ਵਜ੍ਹਾ ਹੈ ਜਿਸਕੀ ਵਜ੍ਹਾ ਸੇ ਯੇ ਪ੍ਰੋਬਲਮ ਪਰਾਲੀ ਜਲਾਨੇ ਕੀ ਪਹਿਲੇ ਨਹੀਂ ਥੀ, ਕੁਛ ਪਿਛਲੇ 10-20-25 ਸਾਲੋਂ ਸੇ ਆਈ ਹੈ, ਉਸਮੇ ਜਾਣੇ ਕੀ ਆਵਸ਼ਕਤਾ ਨਹੀਂ ਹੈ। ਲੇਕਿਨ ਹਰ ਬਾਤ ਮੇ ਕਿਸਾਨ ਭਾਈਓਂ ਕੋ ਜ਼ਿੰਮੇਦਾਰ ਠਹਿਰਾਨਾ ਯਾ ਉਨਕੀ ਕਾਰਵਾਈਓਂ ਕੋ ਜ਼ਿੰਮੇਦਾਰ ਠਹਿਰਾਨਾ ਮੁਝੇ ਬਹੁਤ ਸਮਝ ਮੇ ਨਹੀਂ ਆਤਾ ਹੈ। ਕਿਆ ਐਸਾ ਕਰਨੇ ਸੇ ਪਹਿਲੇ ਕੋਈ ਸਾਇੰਟਿਫਿਕ ਸਟੱਡੀ ਕੀ ਗਈ? ਅਬ ਦੇਖੀਏ ਦੋ ਚਾਰ ਬਾਤੇ ਜੋ ਜਿਸਕਾ ਜਵਾਬ ਮੁਝੇ ਕਭੀ ਕਿਸੀ ਨੇ ਨਹੀਂ ਦਿਆ, ਮੈਂ ਆਪ ਲੋਗੋਂ ਕੇ ਸਾਹਮਣੇ ਰੱਖਤਾ। ਦਿੱਲੀ ਕੇ ਬਾਰਡਰ ਸੇ ਪੰਜਾਬ ਕਹੀਂ ਨਹੀਂ ਜੁੜਾ, ਜੁੜਾ ਕਹੀਂ? ਅਭੀ ਵੋ ਤਾਂ ਬਾਅਦ ਮੇ ਬਾਤ ਹੈ ਨਾ, ਪਹਿਲੇ ਤੋ ਸਵਾਲ ਕਿਆ ਉਸਕੋ ਬਤਾਈਏ। ਪੰਜਾਬ ਕਹੀਂ ਨਹੀਂ ਜੁੜਾ,
लगभग 3/4 के आसपास दिल्ली का जो बॉर्डर है वो हरियाणा कवर करता है, है ना? बाकी जो हिस्सा है वो यूपी कवर करता है, एक मामूली सा तिनके नुमा छोटा सा हिस्सा जो राजस्थान को जाता है अलवर साइड में, वो लगभग ना के बराबर है। लेकिन यूपी और हरियाणा दोनों ऐसा नहीं है कि एक ही डायरेक्शन में है, इनके डायरेक्शन अलग अलग हैं। और पंजाब कहाँ है? दिल्ली से नॉर्थ साइड में, हरियाणा से अलग। अब ये शोर मचाया गया कि साहब पंजाब में पराली जलती है और उस पराली के जलने के धुएं को भी ये शौक है कि मुझे राजधानी चलना है, और वो सीधे राजधानी आ जाता है और सारा प्रदूषण राजधानी में कर देता है, और कमाल ये वो राजधानी से आगे भी नहीं बढ़ता।